सिद्धू मूसेवाला का केस जरा वो म्यूजिक माफिया का केस प्रोग्राम दा नाल लागे सी बाहर हिंदुस्तान तो बाहर टूर दा घर बैठे रहे हुण सानू स्टेज तो दूर रखण दीआं जिहड़ियां कोशिशां उस बच्चे ने 5 साल दे स्ट्रगल च देखिया मैं नहीं सी तां मैनूं कदे कदे लगदा है वी शायद ओह रेस्ट इन पीस है। तो बड़े सारे लोग इहो जिहे सी जिहड़े इक हिसाब नाल घर ही बैठे सी उन्हां दी कमाई आमदनी बंद हुण जिहड़े लोकां ने इह सोच के बैठे सी कि आउण वाले 5-7-10 साल साडे आ ਉਹਨਾਂ ਦਾ ਦੁਕਾਨ ਬੰਦ ਹੋ ਗਈ। ਉਸ ਬੱਚੇ ਨੇ ਤਰੱਕੀ ਕਾਹਦੀ ਕਰ ਲਈ ਉਹਦੇ ਮਗਰ ਸਾਰਾ ਸਿਸਟਮ ਹੀ ਪੈ ਗਿਆ। 1 ਏਕੜ ਤੋਂ 100 ਏਕੜ ਜ਼ਮੀਨ ਹੋ ਗਈ ਤਾਂ ਜਿਹੜਾ ਘਰ ਬਣਾ ਲਿਆ ਬ੍ਰਾਹਮਣ 7-8-9 ਕਰੋੜ ਦਾ ਘਰ ਹੈ ਉੱਥੇ। ਫਿਰ ਆਦਮੀ ਜਿਹੜਾ ਉਹ ਕ੍ਰਿਮੀਨਲ ਮਾਈਂਡਡ ਸੋਚਦਾ ਅਤੇ ਇਹ ਜਿਹੜੀ ਆਮਦਨੀ ਰੁਕੀ ਹੈ ਇਹਨੂੰ ਵਾਪਸ ਲਿਆਉਣ ਲਈ ਕੀ ਕਰੀਏ। ਤਾਂ ਫਲਾਨਾ ਸਿੰਗਰ ਵੱਧ ਰਿਹਾ ਉਹਨੂੰ ਥੱਲੇ ਕਰੋ ਅਤੇ ਸਾਡੀ ਗੱਡੀ ਤੁਰੂਗੀ। ਇਸ ਤਰ੍ਹਾਂ ਦੇ ਕਈ ਬੰਦੇ ਇਕੱਠੇ ਹੋ ਜਾਂਦੇ ਆ ਔਰ ਉਹਨੂੰ ਅਸੀਂ ਕਹਿੰਦੇ ਹਾਂ ਜਦੋਂ ਇਕੱਠੇ ਹੋ ਕੇ ਕੁਝ ਪਲੈਨ ਕਰਦੇ ਆ ਉਹ ਮਿਊਜ਼ਿਕ ਕੰਪਨੀ ਨਾਲ ਮਿਲ ਕੇ ਕਰਦੇ ਆ। ਕਦੇ ਕੁਛ ਪੱਤਰਕਾਰਾਂ ਦੇ ਆਦਮੀ ਨੇ ਖਿਲਾਫ ਦੇ ਪੱਤਰ ਦਰਜ ਕਰਵਾਤਾ ਸਾਡੇ ਕੋਲ ਵੀਰੋ 147 ਕਿੱਥੋਂ ਆਈ ਸਿੱਧੂ 147 ਕਿੱਥੋਂ ਲੈ ਆਇਆ ਇੱਕ ਸੋਚਣ ਵਾਲੀ ਗੱਲ ਹੈ। ਪਰ ਆਰਮਜ਼ ਐਕਟ ਦੁਆਤਾ ਪਰ ਚੱਲਣ ਮਾਨਸਾ ਸੜ ਦੇ ਪਹਿਲਾ ਪਰ ਚੱਲਣ ਦੇ ਸ਼ੋਅ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਜਿਹੜੇ ਗਾਣੇ ਵਿੱਚ ਕੀਤਾ ਜਾਂਦਾ ਉਹ ਗਾਣਾ ਗੰਨ ਵਿੱਚ 5 ਗੋਲੀਆਂ ਤੇਰੇ 5 ਪੀਰਾਂ ਨੇ ਰੱਖੀਆਂ ਸਭ ਹੀ ਪਿੰਡ ਦੇ ਗਾਣਾ ਲਿਖਿਆ ਔਰ ਉਸਨੇ ਗਾਇਆ ਸ਼ਾਇਦ ਕੋਈ ਜੱਟ ਲਾਈਫ ਨਾਂ ਦਾ ਚੈਨਲ ਉਹ ਤੋਂ ਵੀ ਕੀਤਾ ਕਿ ਨਾ ਸਾਡਾ ਬੰਦਾ ਨਾ ਖੜਕਾ ਉਹਦੇ 'ਚ ਨਾ ਅਸੀਂ ਲਿਖਿਆ ਨਾ ਗਾਇਆ ਪਰਚਾ ਸਾਡੇ 'ਤੇ ਔਰ ਅੱਜ ਵੀ ਪਿਆ। ਮੈਂ ਸੱਚ ਕਹਿੰਦਾ ਇਸ ਗੱਲ ਨੂੰ ਜੇ ਕੋਈ ਬੰਦਾ ਅੱਜ ਵੀ ਚੈੱਕ ਕਰਿਆ ਅੱਜ ਪਰਚਾ ਹਰੇ ਮਜ਼ਬੂਤ ਪਿਆ ਰਿਕਾਰਡ ਕਸੂਰ ਸਾਡਾ ਕੀ ਸੀ ਅਸੀਂ ਫਿਰਪੇ ਦਾ ਸ਼ੋਅ ਬੁੱਕ ਕਰ ਲਿਆ ਸੀ ਔਰ ਜਿਹੜਾ ਸਥਾਪਿਤ ਕਲਾਕਾਰ ਸੀ ਉਹ ਰਿਪਲੇਸ ਕਰਤਾ ਸੀ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤਾਂ ਅਸੀਂ ਕਿਵੇਂ ਕਹੀਏ ਵੀ ਪਰਚਾ ਸਰਕਾਰ ਨਹੀਂ ਕਰਦਾ ਜਿਸ ਕਿਸੇ ਦੇ ਹਿੱਤ ਪ੍ਰਭਾਵ ਕਰੋਗੇ ਫਿਰ ਉਹ ਮੈਨੂੰ ਵੀ ਬੰਦਾ ਮੇਰੇ ਥੱਲੇ ਕੁਰਸੀ ਵਿੱਚ ਤਾਂ ਮੈਂ ਹੀ ਕੋਸ਼ਿਸ਼ ਕਰੂੰਗੀ ਉਹਨੂੰ ਹੱਥ ਪਾ ਕੇ ਰੱਖਾਂ ਬਚਾ ਕੇ ਰੱਖੂੰ ਇਹੋ ਜਿਹੀਆਂ ਗੱਲਾਂ ਨੇ ਆਪਣੇ ਕੋਲ ਕੋਈ ਵਾਧੂ ਦਾ ਇਲਜ਼ਾਮ ਲਾਉਣ ਲਈ ਕਿਸੇ ਕੋਲ ਨਹੀਂ ਸਾਡੇ ਵੀਰ ਵਿੱਚੋਂ ਖੇੜੇ ਦਾ ਮਰਡਰ ਹੁੰਦਾ ਬੜੀ ਮੰਦਭਾਗੀ ਗੱਲ ਬੜਾ ਮਨ ਨੂੰ ਸ਼ੌਕ ਲੱਗਿਆ ਵੀ ਯਾਰ ਮਾਂ ਦਾ ਪੁੱਤ ਨਹੀਂ ਮਰਨਾ ਚਾਹੀਦਾ ਮੈਂ ਬੇਟੇ ਨੂੰ ਨਾਲ ਲੈ ਕੇ ਘਰੇ ਜਾ ਗਿਆ ਅਫਸੋਸ ਵੀ ਕਰ ਨਾਲ ਉਸ ਵੀਰ ਨੂੰ ਇਹ ਭਰੋਸਾ ਵੀ ਦੇ ਕੇ ਵੀ ਤੈਨੂੰ ਕਦੇ ਵੀ ਐਂ ਲੱਗੇ ਵੀ ਸਿੱਧੂ ਰੱਬੂ ਇਹਦੇ 'ਚ ਕੋਈ ਹੱਥ ਕੋਈ ਕਸੂਰ ਹੋ ਸਕਦਾ ਹੈ ਤਾਂ ਕਿ ਸਾਨੂੰ ਸੁਨੇਹਾ ਦੇ ਕੇ ਅਸੀਂ ਆਪ ਹੀ ਪੇਸ਼ ਹੋ ਜਾਂਦੇ ਦੇਖੋ ਜੇ ਮਨ ਸਾਫ਼ ਸੀ ਬਾਈ ਕਿਸੇ ਦੇ ਘਰੇ ਫੇਰ ਹੀ ਜਾ ਸਕਦੇ ਹਾਂ ਮੇਰੇ ਘਰੇ ਤਾਂ ਕੋਈ ਨਹੀਂ ਆਇਆ ਮੈਂ ਤਾਂ ਕਿਸੇ ਨੂੰ ਚੰਗਾ ਮਾੜਾ ਕਿਹਾ ਨਹੀਂ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਮੇਰੇ ਕੋਲ ਆਉਂਦੇ ਹੋ ਮੇਰੇ ਨਾਲ ਮੈਂ ਕਦੇ ਕਿਸੇ ਨੂੰ ਚੰਗੀ ਭਾਵੇਂ ਮੇਰਾ ਵਿਰੋਧ ਵੀ ਪਰ ਮੈਂ 70 ਤੇ ਆਏ ਨੂੰ ਜੀ ਐਂ ਕਿਹਾ ਹਮੇਸ਼ਾ ਕਿਸੇ ਨੂੰ ਮੇਰੇ ਨਾਲ ਬਣਦੀ ਹੋਵੇ ਨਾ ਬਣੂ ਗੱਲ ਪਰ ਮੈਂ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਜੀ ਤੂੰ ਮੇਰੇ ਘਰੇ ਉਸ ਦੇ ਬਾਵਜੂਦ ਵੀ ਪ੍ਰਸ਼ਾਸਨ ਕੋਲੇ ਅਦਾਲਤਾਂ ਕੋਲੇ ਸ਼ਿਕਾਇਤਾਂ ਕਰਨ ਦੀ ਬਜਾਏ ਸਾਡੀਆਂ ਗੈਂਗਸਟਰਾਂ ਕੋਲੇ ਸ਼ਿਕਾਇਤਾਂ ਕੀਤੀਆਂ ਉਸ ਢੰਗ ਨਾਲ ਸਾਨੂੰ ਪ੍ਰੋਜੈਕਟ ਕੀਤਾ ਕਿ ਮੇਰਾ ਬੱਚਾ ਮੇਰੇ ਤੋਂ ਖੋ ਲਿਆ ਗਿਆ ਔਰ ਜੇ ਸਾਡੇ ਵਿੱਚ ਕੋਈ ਵੀ ਕਮੀ ਹੋਈ ਤਾਂ ਵੀਰੋ ਸਿੱਧੂ ਜੂਕੇ ਦਾ ਪੀਆਰ ਸੀ ਉਹਦੇ ਕੋਲ ਨੌ ਮੁਲਕਾਂ ਨੇ ਵੀ ਗਏ ਸੀ ਉਹ ਕਿਸੇ ਵੀ ਕੰਟਰੀ 'ਚ ਜਾ ਕੇ ਬਹਿ ਜਾਣ ਪਰ ਅਸੀਂ ਇੱਕ ਦਿਨ ਵੀ ਆਪਦਾ ਘਰ ਨਹੀਂ ਗਿਆ ਕਿਉਂਕਿ ਅਸੀਂ ਚੋਰ ਨਹੀਂ ਚੋਰ ਦੇ ਭਾਈ ਨਹੀਂ ਸਾਡੀਆਂ ਆਤਮਾ ਸੀ ਜਿਹੜੀ ਬਿਲਕੁਲ ਸਾਫ਼ ਸੀ ਅਸੀਂ ਕਿਸੇ ਵੀ ਚੰਗੇ ਮਾੜੇ ਕੰਮ 'ਚ ਨਾ ਕਦੇ ਸ਼ਾਮਿਲ ਹੋਏ ਨਾ ਭਵਿੱਖ 'ਚ ਹੋਈਏ ਠੀਕ ਹੈ ਸਾਡਾ ਘਰ ਉੱਜੜ ਗਿਆ ਅਸੀਂ ਸਬਰ ਕਰਨਾ ਪਰ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇੱਕ ਇੰਨੀ ਕੁ ਬੇਨਤੀ ਕਰਦਾ ਵੀ ਜਿਵੇਂ ਮੇਰਾ ਹਾਲ ਹੋ ਗਿਆ ਕਿਸੇ ਹੋਰ ਭਰਾ ਦਾ ਨਾ ਹੋਵੇ ਤੁਸੀਂ ਹੁਣ ਤਾਂ ਕੋਈ ਨਾ ਕੋਈ ਇਹੋ ਜਿਹੀ ਵਿਉਂਤਬੰਦੀ ਕਰ ਲਓ
ਆਤਮੀ ਜਾਬਲਾ ਚਲਾ ਗਿਆ, ਉਹਦਾ ਗਨਮੈਨ ਵੀ ਨਾਲ ਚਲਾ ਗਿਆ, ਹੁਣ ਤਾਂ ਪੁਲਿਸ ਨੂੰ ਵੀ ਪੈਣ ਲੱਗ ਗਏ। ਇੱਕ ਆਰਮੀ ਦੇ ਅਟੈਕ ਹੋਰ ਹੋ ਗਿਆ।